ਸਕਦੇ ਨਾ ਹਲਕਾ ਮਲੋਟ ਨੂੰ 6000 ਥੱਲਾ ਅਸੀਂ ਹੁਣ ਤੱਕ ਬੰਦ ਕੀਤਾ ਪਤੀ ਵੀ ਘਰੇ ਬੈਠਾ ਹੈ ਵੀ ਬਾਹਰ ਤਾਂ ਨਿਕਲ ਨਹੀਂ ਸਕਦੇ ਵੀ ਸਰਕਾਰ ਕਹਿੰਦੀ ਬਾਹਰ ਨਾ ਨਿਕਲੋ ਤੇ ਵੀ ਸਾਨੂੰ ਰਾਸ਼ਨ ਦੀ ਸਮੱਸਿਆ ਹੈ ਵੀ ਰਾਸ਼ਨ ਪੰਚਾਇਤੀ ਵੀ ਆਉਂਦਾ ਉਹ ਵੀ ਨਹੀਂ ਸਾਨੂੰ ਮਿਲਦਾ ਜੇ ਉਹ ਵੀ ਆਉਂਦਾ ਤਾਂ ਸਾਨੂੰ ਰਾਸ਼ਨ ਨਹੀਂ ਗੱਲ ਨਹੀਂ ਵੀ ਸਰਪੰਚ ਨਾ ਸੁਣੇ ਸਰਪੰਚ ਸਾਹਿਬਾਂ ਨੂੰ ਹਦਾਇਤਾਂ ਕੀਤੀਆਂ ਹੋਈਆਂ ਵੀ ਜਿਹੜੀ ਇਸ ਸਮੇਂ ਹਰੇਕ ਬੰਦੇ ਨੂੰ ਪੰਚਾਇਤ ਇਹ ਗੱਲ ਕਹਿੰਦੀ ਹੈ ਵੀ ਤੁਸੀਂ ਸਰਪੰਚ ਕੋਲੇ ਜਾਓ ਜੇ ਸਰਪੰਚ ਨਾਲ ਗੱਲ ਕਰਦੇ ਹੋ ਤੇ ਕਹਿੰਦੇ ਤੁਸੀਂ ਉੱਤੇ ਜਾਓ ਅਸੀਂ ਹੁਣ ਦੱਸੋ ਕਿੱਥੇ ਜਾਈਏ ਕੱਢਿਆ ਜਾਂਦਾ ਤੇ ਮੈਂ ਸਰਕਾਰ ਨੂੰ ਇਹੀ ਅਪੀਲ ਕਰਦਾ ਹਾਂ ਜੀ ਕਿ ਸਾਡੇ ਐਸਸੀ ਭਰਾ ਹੈ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਸਾਨੂੰ ਰਾਸ਼ਨ ਪਹੁੰਚਾਇਆ ਜਾਵੇ ਜੋ ਅਸੀਂ ਜਾਂ ਉਹਨਾਂ ਨੂੰ ਸਪਲਾਈ ਪੰਜਾਬ ਸਰਕਾਰ ਵੱਲੋਂ ਜਿਹੜਾ ਲੋਕਾਂ ਵਾਸਤੇ ਰਾਸ਼ਨ ਭੇਜਿਆ ਗਿਆ ਹੈਗਾ ਤੇ ਉਹ ਰਾਸ਼ਨ ਲੋਕਾਂ ਨੂੰ ਨਹੀਂ ਮਿਲਿਆ ਲੋਕਾਂ ਦੇ ਇਹ ਦੋਸ਼ ਹੈ ਕਿ ਪਿੰਡ ਦੀਆਂ ਪੰਚਾਇਤਾਂ ਵੱਲੋਂ ਪੱਖਪਾਤ ਕੀਤਾ ਗਿਆ ਤੇ ਇੱਕ ਵਾਰ ਵੀ ਉਹਨਾਂ ਨੂੰ ਰਾਸ਼ਨ ਨਹੀਂ ਮਿਲਿਆ ਤੇ ਜੇ ਰਾਸ਼ਨ ਮਿਲਿਆ ਵੀ ਹੈ ਤੇ ਉਹ 5-7 ਦਿਨ ਦਾ ਹੀ ਰਾਸ਼ਨ ਹੈ ਕਿਉਂਕਿ ਲੋਕਡਾਊਨ ਨੂੰ ਕਾਫੀ ਦਿਨ ਹੋ ਚੁੱਕੇ ਆ ਮਹੀਨੇ ਤੋਂ ਉੱਪਰ ਸਮਾਂ ਬੀਤ ਚੁੱਕਿਆ ਪਰ ਲੋਕਾਂ ਕੋਲ ਜਿਹੜੇ ਦਿਹਾੜੀ ਮਜ਼ਦੂਰੀ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਹਜੇ ਤੱਕ ਰਾਸ਼ਨ ਨਹੀਂ ਮਿਲਿਆ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਉਹਨਾਂ ਪਰਿਵਾਰਾਂ ਨਾਲ ਗੱਲ ਕੀਤੀ ਹੈ ਉਹਨਾਂ ਨੂੰ ਦੋਸ਼ ਲਾਇਆ ਕਿ ਉਹਨਾਂ ਨੂੰ ਹਜੇ ਤੱਕ ਰਾਸ਼ਨ ਨਹੀਂ ਮਿਲਿਆ ਦਿਹਾੜੀ ਮਜ਼ਦੂਰੀ ਕਰਨ ਵਾਲੇ ਲੋਕ ਨੇ ਪਰ ਉਹਨਾਂ ਦੇ ਕੰਮ ਬੰਦ ਹੋਣ ਕਰਕੇ ਉਹ ਰੋਟੀ ਤੋਂ ਮੁਹਤਾਜ ਨੇ ਦੂਜੇ ਪਾਸੇ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਲੋਕਾਂ ਕੋਲ ਰਾਸ਼ਨ ਬਕਾਇਦਾ ਪਹੁੰਚ ਰਿਹਾ ਹੈਗਾ ਅਤੇ ਲੋੜਵੰਦ ਲੋਕਾਂ ਦੀ ਪਛਾਣ ਕਰਕੇ ਹੀ ਰਾਸ਼ਨ ਦਿੱਤਾ ਜਾਂਦਾ ਹੈ ਕੀ ਹੋਇਆ ਅਸੀਂ ਗੱਲ ਕੀਤੀ ਹੈ ਵੱਖ-ਵੱਖ ਔਰਤਾਂ ਦੇ ਨਾਲ ਜੋ ਦਿਹਾੜੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਚਲਾਉਂਦੀਆਂ ਨੇ ਉਹ ਗੱਲ ਕਰਦੇ ਸੁਰਿੰਦਰ ਕੌਰ ਕਿਹੜਾ ਪਿੰਡ ਤੁਹਾਡਾ ਸੁਚੈਨਪੁਰਾ ਬਸਤੀ ਕੀ ਸਮੱਸਿਆ ਤੁਹਾਨੂੰ ਸਾਨੂੰ ਸਮੱਸਿਆ ਇਹ ਵੀ ਭਾਅ ਜੀ ਸਾਡੇ ਬੱਚੇ ਘਰੇ ਬੈਠੇ ਨੇ ਮੇਰਾ ਪਤੀ ਵੀ ਘਰੇ ਬੈਠਾ ਹੈ ਵੀ ਬਾਹਰ ਤਾਂ ਨਿਕਲ ਨਹੀਂ ਸਕਦੇ ਵੀ ਸਰਕਾਰ ਕਹਿੰਦੀ ਬਾਹਰ ਨਾ ਨਿਕਲੋ ਤੇ ਵੀ ਸਾਨੂੰ ਰਾਸ਼ਨ ਦੀ ਸਮੱਸਿਆ ਹੈ ਵੀ ਰਾਸ਼ਨ ਪੰਚਾਇਤੀ ਵੀ ਆਉਂਦਾ ਉਹ ਵੀ ਨਹੀਂ ਸਾਨੂੰ ਮਿਲਦਾ ਜੇ ਉਹ ਵੀ ਆਉਂਦਾ ਤਾਂ ਸਾਨੂੰ ਰਾਸ਼ਨ ਨਹੀਂ ਮਿਲਦਾ ਪਤਾ ਨਹੀਂ ਜੇ ਅਸੀਂ ਪੰਚਾਇਤ ਵੱਲ ਜਾਂਦੇ ਤਾਂ ਪੰਚਾਇਤ ਇਹ ਗੱਲ ਕਹਿੰਦੀ ਹੈ ਵੀ ਤੁਸੀਂ ਸਰਪੰਚ ਕੋਲੇ ਜਾਓ ਜੇ ਸਰਪੰਚ ਨਾਲ ਗੱਲ ਕਰਦੇ ਹੋ ਤੇ ਕਹਿੰਦੇ ਤੁਸੀਂ ਉੱਤੇ ਜਾਓ ਅਸੀਂ ਹੁਣ ਦੱਸੋ ਕਿੱਥੇ ਜਾਈਏ ਭਾਅ ਜੀ ਨਾ ਜੀ ਸਾਨੂੰ ਮਿਲਿਆ ਹੀ ਨਹੀਂ ਗਾ ਹਾਂਜੀ ਅਸੀਂ ਇੱਥੇ ਮੈਂਬਰ ਕੋਲੇ ਗਏ ਸਾਂ ਇੱਕ ਨਾਜਰ ਕੋਲੇ ਗਏ ਸਾਂ ਤੇ ਉਹਨਾਂ ਸਾਨੂੰ ਜਵਾਬ ਦਿੱਤਾ ਉਹ ਕਹਿੰਦੇ ਵੀ ਸਾਡੇ ਕੋਲ ਰਾਸ਼ਨ ਨਹੀਂ ਆਇਆ ਸਾਡੇ ਕੋਲ ਰਾਸ਼ਨ ਨਹੀਂ ਆਇਆ ਤੇ ਜੇ ਭਾਅ ਜੀ ਚ ਦੂਜੇ ਪੈਸੇ ਮੋਦੀ ਵਾਲ ਪਾਉਂਦਾ ਉਹ ਵੀ ਸਾਡੇ ਪੈਸੇ ਨਹੀਂ ਆਏ ਕੁਛ ਨਹੀਂ ਆਇਆ ਸਾਡੇ ਘਰ ਦੇ 6 ਮੈਂਬਰ ਨਾ ਜੀ ਇੱਕ ਵਾਰੀ ਵੀ ਨਹੀਂ ਮਿਲਿਆ ਸਮੱਸਿਆ ਇਹ ਵੀ ਜੀ 3 ਵਾਰੀ ਰਾਸ਼ਨ ਆ ਗਿਆ ਤੇ ਸਾਡੇ ਆਧਾਰ ਕਾਰਡ ਦਾ ਨੰਬਰ ਵੀ ਲੈ ਲਿਆ ਤੇ ਮੈਂ ਕੱਲ੍ਹ ਲੜ ਕੇ ਲਿਆ ਰਾਸ਼ਨ ਮੈਂ ਕਿਹਾ ਵੀ ਸਾਡਾ ਜਦੋਂ ਲਿਸਟ 'ਤੇ ਨਾਂ ਚੜਾਤਾ ਸਾਨੂੰ ਦਿੰਦੇ ਕਿਉਂ ਨਹੀਂ ਫਿਰ ਮੈਨੂੰ ਦੇ ਕੇ ਗਏ ਘਰੇ ਸਾਡੇ 20 ਘਰਾਂ ਨੂੰ ਕਿਸੇ ਨੂੰ ਨਹੀਂ ਦਿੱਤਾ ਗਾ ਜੀ ਉਹ ਇੱਥੇ ਆ ਮੈਂਬਰਾਂ ਨੇ ਲਿਆਂਦਾ ਸੀਗਾ ਹਾਂ ਤੇ ਮੈਨੂੰ ਇਕੱਲੀ ਨੂੰ ਹੀ ਦਿੱਤਾ ਨਹੀਂ ਜੀ ਉਹ 3 ਚੀਜ਼ਾਂ ਹੀ ਸੀ ਜੀ ਖੰਡ ਸੀ ਅਤੇ ਛੋਲੇ ਸੀ ਅਤੇ ਆਟਾ ਨਹੀਂ ਮਿਲੀ ਕਮਲੇਸ਼ ਇੱਥੇ ਸੁਖਚੈਨਪੁਰਾ ਬਸਤੀ ਕੋਈ ਸਹੂਲਤ ਨਹੀਂ ਮਿਲੀ ਸਹੂਲਤ ਆਉਂਦਾ ਜ਼ਰੂਰ ਹੈ ਦਿੰਦੇ ਹੈ ਨਹੀਂ ਪਤਾ ਨਹੀਂ ਗਾ ਵੀ ਕਿਉਂ ਨਹੀਂ ਦਿੰਦੇ ਨਾ ਜਮ੍ਹਾਂ ਹੀ ਨਹੀਂ ਮਿਲਿਆ ਕਰਦੇ ਅਸੀਂ 6 ਜੀ ਆਗੇ ਕੰਮ ਜੀ ਤਿਆੜੀ ਕਰਦੇ ਹਾਂ ਨਾ ਜੀ ਸਰਪੰਚ ਦੀ ਗੱਪ ਨਹੀਂ ਮਾਰਦੀ ਮੈਂ ਮਿਲੀ ਨਹੀਂ ਗੀ ਆਹਦੇ ਵੀ ਇੱਥੇ ਵੰਡ ਕੇ ਜਾਣਗੇ ਸਾਨੂੰ ਕੀ ਲੋੜ ਸੀ ਸਰਪੰਚ ਕੋਲ ਜਾਣ ਦੀ ਕੰਮ ਤਾਂ ਜੀ ਤਿਆੜੀ ਮਜ਼ਦੂਰੀ ਕਰਦੇ ਬਲਵਿੰਦਰ ਕੌਰ ਮੰਨਾ ਸਿੰਘ ਪਿੰਡ ਮਲੋਟੀ ਪ੍ਰੋਬਲਮ ਇਹ ਹੈ ਜੀ ਵੀ ਅਸੀਂ ਰਾਸ਼ਨ ਆਉਂਦਾ ਸਾਡੇ ਮੁਹੱਲੇ 'ਚ ਸਾਨੂੰ ਬੰਦਿਆਂ ਨੂੰ ਤਾਂ ਬਾਹਰ ਨਹੀਂ ਜਾਣ ਦਿੰਦੇ ਨਾ ਸਾਨੂੰ ਕਰਕੇ ਖਾਣ ਦਿੰਦੇ ਵੀ ਬਾਹਰ ਜਾਣਾ ਨਹੀਂ ਕਰੋਨਾ ਫੈਲਿਆ ਆ ਜੇ ਅਸੀਂ ਜਾਂਦੇ ਹਾਂ ਤਾਂ ਕੋਈ ਸਾਨੂੰ ਰਾਸ਼ਨ ਨਹੀਂ ਮਿਲਦਾ ਵੀਡੀਓ ਦਫ਼ਤਰ ਗਏ ਉੱਥੋਂ ਕਹੇ ਤਾਂ ਮੈਂਬਰਾਂ ਸਰਪੰਚਾਂ ਕੋਲ ਜਾਓ ਮੈਂਬਰ ਸਰਪੰਚ ਲਿਆ ਕੇ ਆਪੋ ਆਪਦੇ ਜਿੱਥੇ ਦੇਣਾ ਸੀ ਦੇ ਦਿੱਤਾ ਸਾਡੀ ਕਿਸੇ ਕਹੇ ਸੁਣਾਈ ਨਹੀਂ ਕਹਿੰਦੇ ਨਹੀਂ ਮਿਲਦਾ ਤਾਂ ਕਹਿੰਦੇ ਤਾਂ ਜਾਓ ਸਾਨੂੰ ਆਇਆ ਕਹਿੰਦੇ ਪਿੰਡ ਦਾ ਸਰਪੰਚ ਤਾਂ ਜੀ ਦੁੱਲਾ ਪਾਊ ਜੀ ਉਹਦੇ ਆ ਇੱਥੇ ਮੈਂਬਰ ਹੈ ਜੀ ਉਹਦੇ ਨਾਲ ਹੋਈ ਆ ਮੈਂਬਰ ਨਹੀਂ ਨਾਲ ਸਾਡੀ ਹੋਈ ਹੈ ਜੀ ਗੱਲ ਹਾਂ ਗੰਗਾ ਮੈਂਬਰ ਨਹੀਂ ਹੈ ਜੀ ਉਹ ਕਹਿੰਦੇ ਜੀ ਵਿਧਵਾਲੀ ਆਇਆ ਰਾਸ਼ਨ ਹੈ ਵਿਧਵਾਲੀ ਤੇ ਲੰਗੜਿਆ ਲੂਲਿਆ ਸਾਡੇ ਮੇਰੇ ਘਰ ਵਾਲੇ ਦੇ ਤਾਂ ਜੀ ਅੱਖ ਬਣੀ ਹੋਈ ਹੈ ਅਤੇ ਉਹ ਨਿਗਾਹ ਨਹੀਂ ਸਹੀ ਆਈ ਆਪਦੇ ਇਸ ਤਰ੍ਹਾਂ ਪਲੇਟ ਪਾਈ ਮਾੜਾ ਮੋਟਾ ਕਰਕੇ ਖਾਂਦੇ ਸੀ ਉਹ ਵੀ ਹੁਣ ਘਰੇ ਬੈਠੇ ਹਾਂ ਜੀ ਅਸੀਂ ਸਾਡੇ 3 ਜੀ ਹੈ ਜੀ ਕਰਦੇ ਬਾਕੀ ਪਰਿਵਾਰ ਸਾਰਿਆਂ ਦਾ ਅੱਡੋ ਅੱਡ ਦੱਸਣ ਨਹੀਂ ਜੀ ਇੱਕ ਵਾਰੀ ਮੈਨੂੰ ਇੱਥੇ ਇੱਕ ਲਿਫਾਫਾ ਜ਼ਰੂਰ ਮਿਲਿਆ ਵੀ ਖੰਡ ਪੱਤੀ ਦਾ ਅਸੀਂ ਆਟਾ ਨਹੀਂ ਦੇ ਕੇ ਗਏ ਉਹ ਵੀ ਇਹਨੂੰ ਪੁੱਛ ਕੇ ਕਿਸੇ ਨੂੰ ਦਿੱਤਾ ਉਹਨਾਂ ਵੀ ਇਹ ਦਿਨ ਇਹੋ ਜਿਹਾ ਹੀ ਹੈ ਪੁਲਿਸ ਵਾਲੇ ਆਏ ਸੀ ਜੀ ਦੇਣ
इस गल नू 8-10 दिन हो गया जी। साड़ी गली च दो लिफाफे दे गए, एक माता नू ते एक साड़े घर च कुड़ी नू ते साड़े घर छड्ड ले, साड़े 10 घर ने। हाँ जी, सानू कहता आपदा घर विखाओ, साड़ा घर वेख के ते मुड़ के चले गए जी। हरवंश पर भी पिंड आए जी, सुखचैन पर वास्ते की समस्या जी? कुछ नहीं मिलता जी, दोनों जी ना जी ना ना जी। एक दिन आया से इतने जी, कुछ नहीं देखे गया अपना सरपंच साहब ना क्या टक्कर ही नहीं जी, मिलता ही नहीं आता नहीं जी इतने। हाँ जी, हूँ असं तो आई भी सू कोई राशन हो, कोई सू पैसा, कोई टका सू कुछ तो दो भी, कोई गैस हो, कोई सिलेंडर कुछ तो सू दो, भी दिखे क्यों नहीं जे जी। इस घर बैठे हैं दोनों जी। की नाम है सोनी जी? माणी। पिंड मलोट। राशन नहीं मिलता सू, असं हूँ कि चेर अस वीडियो दफ्तर भी जाए उतो भी सू मोड़ता, जे इधर मैंबर सरपंचा को जाने वह नहीं सू देंगे, सारे घर च वंडर देंगे जी। ना जी एक बार भी नहीं सू राशन मिले। वह आते जी मैंबर सरपंचा को जाओ आपके उतो लो जाके। अस तो इतने गए थे बापू नाजर को कल, वह भी आते उधर जाओ उस लैके मैंबर उधर ले लैके, किसी ने नहीं दिता सू। हाँ जी मैंबर इधर वह हंसी के जी, उधर अस गए थे घर नहीं डकरे जी। सानू भाई राशन सा चाहिए जी, हम 5-6 जने अस घर दे, कला दिहाड़ी जाता वह भी नहीं हूँ कम चलता पे। ना जी एक बार भी नहीं मिले। मेरे फादर साहब जी नवा पिंड के सरपंच है जी, मैं शुरू तो कांग्रेस पार्टी ने साडा परिवार जुड़िया होया जी, तो फादर साहब थोड़े जे बजुर्ग होने करके जी पिंड की एक्टिविटी है सारी वो मैं ही करदा जी, भी उन्होंने इस बीमारी के करके उन्होंने बाहर नहीं कढ़िया जाता। तो मैं सरकार को यही अपील करदा जी कि साड़ी ऐसी आबादी है जो भी साढ़े पिंड बहुत ज़्यादा जी, तो साढ़े को इनकम का साधन नहीं है, इस करके साड़ी जी साढ़े एस सी भरा है उन्हों की वो तो मदद की जाए, तो सानू राशन पहुँचाया जाए जो असी उन्होंने सप्लाई कर सकते। ये बाई जी यही गल यही है भी ये अपना जो पिंड लगभग 4500 के करीब आबादी है, जिंद 90% आबादी है जी एस सी है जी। पहला जो सरकार ने राशन हजे देना नहीं शुरू किया, लगभग 200 किट आप आप तैयार कराई सी जी, जिहड़ी आपां मतलब कि अपने कोलों 70-75 हज़ार रुपया ला के किट तैयार कराई जी। सरकार द्वारा आपां नूं 145 किट आईयां जी टोटल, तो पिंड दे विच 650 बंदे करीब मतलब कि ऐसी घर है जी। आपां अपने वल्लों पूरी कोशिश की पर हजे भी आपां पूरा टच नहीं कर सके सारे परिवारां नूं जी, मतलब कि जे पूरी ऐसी आबादी नूं देखिए तो लगभग 200 दे करीब घर हजे भी अपने पिंड दे विच रहिंदे जी जिन्हां नूं आपां राशन नहीं दे सके। तो सरकार नूं चाहीदा जी भी जां तां सारे घरां नूं टच करे, क्योंकि हरेक घर की मंग हुंदी है भी सानू सरकार द्वारा राशन दिता जाए। तो दूजी गल यही है जी, साडे पिंड दे विच कोई सरकारी जिहड़ी जमीन हुंदी है पंचायती उह नहीं हैगी, कोई इनकम का साधन नहीं हैगा साडे पिंड नूं जिहड़ा कि वह जिहड़ा 5000 वाली सहूलत असी खर्च नहीं कर सकते। काफ़ी वारी बेनती की है भी जिहड़ा मेरे पिंड की जिहड़ी आबादी ज़्यादा ऐसी है तो उहनूं ध्यान में रख के उस तरीके मतलब कि सानू ऐसी आबादी के हिसाब नाल सानू किट्टां वध दित्तियां जाण तां जो असी अपने सारी जिहड़े ऐसी भरा है उहनां नूं सरकार की जिहड़ी सहूलत आ रही है दित्ती जाए। हल्का मलोट न 6000 थैला असं हूँ तक बन चुके हैं, 82 पिंड आ, पंचायतों के हिसाब न पंचायतों राही पंचायत सकत्तर असं लोड़वंद पहुँचा रहे। कैटागरी तो ये नहीं कोई खास, जिसे जमा है नहीं जिसे रोटी नहीं पकती उन्होंने पहला देना, बाकी एक हदायत की गई है भी जिन्हें राशन कार्ड है जो नीले कार्ड नजायज कट्टे गए थे पहले किसी वजह कारण वो घरे नहीं सी जा रिपोर्ट नहीं हुई सी, उन्होंने भी पहल के आधार पर देना जिन्होंने दूजे पासों कितों नहीं मिले।